ਅਵਲ ਹਮਦ ਸਨਾ ਇਲਾਹੀ ਜੋ ਮਾਲਕ ਹਰ ਹਰ ਦਾ ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨੀ ਹਰ ਦਾ ਰਹਿਮਤ ਦਾ ਦਰਿਆ ਇਲਾਹੀ ਹਰ ਦਮ ਵਗਦਾ ਤੇਰਾ ਜੇ ਇੱਕ ਕਤਰਾ ਬਖਸ਼ੇ ਮੈਨੂੰ ਕੰਮ ਬਣ ਜਾਂਦਾ ਈ ਮੇਰਾ ਇੱਕ ਗੁਨਾਹ ਮੇਰਾ ਮਾਪੇ ਦੇਖਣ ਦੇਵਣ ਦੇਸ਼ ਨਿਕਾਲਾ ਲੱਖ ਗੁਨਾਹ ਮੇਰਾ ਅੱਲਾ ਵੇਖੇ ਉਹ ਪਰਦੇ ਪਾਵਣ ਵਾਲਾ ਸਭ ਸਈਆਂ ਇੱਥੇ ਪਾਣੀ ਨੂੰ ਆਈਆਂ ਕੋਈ ਕੋਈ ਮੁੜਸੀ ਭਰ ਕੇ ਜਿਨ੍ਹਾਂ ਨੇ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਜਿਨ੍ਹਾਂ ਤਨਾਂ ਵਿੱਚ ਮੈਂ ਇਸ਼ਕ ਮੁਸਤਫਾ ਦੀ ਗੱਲ ਕਰ ਰਿਹਾ ਕਿ ਜਿਨ੍ਹਾਂ ਤਨਾਂ ਵਿੱਚ ਇਸ਼ਕ ਸਮਾਇਆ ਜਿਨ੍ਹਾਂ ਤਨਾਂ ਵਿੱਚ ਇਸ਼ਕ ਸਮਾਇਆ ਉਹਨਾਂ ਨਹੀਂ ਭੱਜ ਜਾਣਾ ਭਾਵੇਂ ਸੋਹਣੇ ਮਿਲਣ ਹਜ਼ਾਰਾਂ ਅਸਾਂ ਨੀ ਯਾਰ ਵਟਾਉਣਾ ਓਏ ਭਾਵੇਂ ਸੋਹਣੇ ਮਿਲਣ ਹਜ਼ਾਰਾਂ ਅਸਾਂ ਨੀ ਯਾਰ ਵਟਾਉਣਾ ਔਰ ਇਹ ਜਿਹਨਾਂ ਦਾ ਮੈਂ ਕਲਾਮ ਗਾ ਰਿਹਾ ਜਿਸ ਦੇ ਲਈ ਇਹ ਕਲਾਮ ਹੈ ਉਹਨਾਂ ਸ਼ਖਸੀਅਤਾਂ ਉਹਨਾਂ ਮੈਂ ਪ੍ਰੋਫੈਟ ਮੁਹੰਮਦ ਸਾਹਿਬ ਅਤੇ ਹਜ਼ੂਰ ਦੀ ਜੋ ਅੱਲਾਹ ਪਾਕ ਦੇ ਲਈ ਹਮਦ ਕਹੀ ਗਈ ਹੈ ਔਰ ਜਿਹਨੂੰ ਜਿਹੜਾ ਕੁੱਲ ਦੁਨੀਆ ਨੂੰ ਚਲਾ ਰਿਹਾ ਨਿਜ਼ਾਮ ਨੂੰ ਚਲਾ ਰਿਹਾ ਇਹ ਉਹਨਾਂ ਦਾ ਜਿਵੇਂ ਕਹਿ ਲਓ ਜਦੋਂ ਕਹਿੰਦੇ ਨੇ ਕਿ ਮਾਲਕ ਨੂੰ ਕੋਈ ਬੰਦਾ ਯਾਦ ਕਰਦਾ ਅਤੇ ਉਹਦੇ 'ਚ ਬਰਕਤ ਆ ਜਾਂਦੀ ਹੈ ਸੋ ਇਹ ਜੇ ਮੇਰੀ ਆਵਾਜ਼ ਦੀ ਗੱਲ ਕਰਦੇ ਤਾਂ ਜਿਹਨਾਂ ਬਜ਼ੁਰਗਾਂ ਦੇ ਕੌਲ ਬਜ਼ੁਰਗਾਂ ਨੇ ਦੀਨ ਦੀ ਮੈਂ ਗੱਲ ਕਰ ਰਿਹਾ ਉਹਨਾਂ ਦੇ ਕੌਲ ਨੇ ਜੋ ਮਨਕਬਤ ਨੇ ਜਾਂ ਮਜ਼ਾ ਨੇ ਉਹ ਜਿਹੜੇ ਜਦੋਂ ਜਾਂ ਕਲਾਮ ਨੇ ਉਹ ਜਦੋਂ ਪੜ੍ਹੇ ਜਾਂਦੇ ਨੇ ਤਾਂ ਉਹ ਅਸਰ ਆ ਜਾਂਦਾ ਸੋ ਮੈਨੂੰ ਲੱਗਦਾ ਉਹਨਾਂ ਦੀ ਕਮਾਲ ਹੈ ਸੋ ਮੈਂ ਕਹਾਂਗਾ ਇਹ ਜਿਹੜੀ ਹੈ ਜੇ ਕਿਸੇ ਨੇ ਅਸਲ ਪੰਜਾਬ ਦੇਖਣਾ ਤਾਂ ਉਹ ਮਲੇਰਕੋਟਲੇ 'ਚ ਆਉਣ ਅਤੇ ਜੇ ਕਿਸੇ ਨੇ ਪੂਰੀ ਦੁਨੀਆ ਨੂੰ ਇਹ ਦਿਖਾਉਣਾ ਕਿ ਕੋਈ ਮਾਡਲ ਹੋਵੇ ਵੀ ਜਿਹੜਾ ਇਨਸਾਨੀਅਤ ਦਾ ਭਾਈਚਾਰੇ ਦਾ ਤਾਂ ਉਹ ਪੰਜਾਬ ਹੈ ਔਰ ਪੰਜਾਬ ਨੇ ਹਮੇਸ਼ਾ ਹੀ ਜੇ ਇੱਥੇ ਗੁਰੂਆਂ ਦੀ ਧਰਤੀ ਹੈ ਤਾਂ ਪੀਰਾਂ ਦੀ ਅਵਤਾਰਾਂ ਦੀ ਯੋਧਿਆਂ ਦੀ ਸੂਰਮਿਆਂ ਬਹਾਦਰਾਂ ਦੀ ਸੋ ਇਸ ਧਰਤੀ ਦੇ ਬਛਿੰਦੇ ਹੋਣ ਦੇ ਨਾਤੇ ਮੈਂ ਆਪਣੇ ਦੇਖਣ ਵਾਲਿਆਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਉਹ ਹਮੇਸ਼ਾ ਹੀ ਮੁਹੱਬਤ ਦੇ ਲਈ ਜਿੱਥੇ ਵੀ ਤੁਹਾਨੂੰ ਕਿਤੇ ਮੌਕਾ ਮਿਲਦਾ ਨੇਕੀ ਕਰਨ ਦਾ ਮੁਹੰਮਦ ਬੂਟਾ ਇੱਕ ਸ਼ਾਇਰ ਹੋਏ ਨੇ ਗੁਜਰਾਤੀ ਉਹਨਾਂ ਦੇ ਇੱਕ ਸ਼ੇਰ ਦੇ ਨਾਲ ਮੈਂ ਐਂਡ ਕਰਾਂਗਾ ਕਿ ਡਰ ਆਏ ਫਕੀਰ ਨੂੰ ਕਿ ਉਹ ਝਿੜਕਦਾ ਹੈ ਜੇਕਰ ਪੱਲਿਓਂ ਖੈਰ ਨਹੀਂ ਪਾਉਣ ਜੋਗਾ ਮੁਹੰਮਦ ਬੂਟਿਆ ਕਿ ਉਹ ਵਧੀਆਂ 'ਤੇ ਲੱਕ ਬੰਨਿਆ ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ ਸੋ ਮੈਨੂੰ ਲੱਗਦਾ ਵਧੀਆਂ ਵੀ ਨਾ ਕਰੀਏ ਜੇ ਨੇਕੀਆਂ ਨਹੀਂ ਕਮਾ ਸਕਦੇ ਨੇਕੀਆਂ ਕਮਾਈਏ ਅੱਗੇ ਹੋ ਕੇ ਵਧੀਏ ਅਤੇ ਸਾਰਿਆਂ ਨੂੰ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਰਾ ਜੀਓ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੈਗਾਮ ਹੈ ਕਿ ਸਾਰੇ ਇੱਕ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਾਮੂਰ ਰਸ਼ੀਦ ਅੱਜ ਵੈਲਕਮ ਕਰਦਾ ਆਪ ਸਭ ਨੂੰ ਆਪਣੇ ਚੈਨਲ ਰੀਸੈਂਟ ਟਾਈਮਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਤਨਾਮ ਪੰਜਾਬੀ ਜੀ ਵੈਲ ਨੋਨ ਪੰਜਾਬੀ ਫੋਕ ਸਿੰਗਰ ਅੱਜ ਹੈਗੇ ਇੱਥੇ ਐਕਚੁਲੀ ਅੱਜ ਮੇਲੇ ਇਹ ਹੋਏ ਆ ਕਿ ਇੱਥੇ ਅਤਰ ਅਲ ਹਰਮ ਦੇ ਉੱਪਰ ਅਤਰ ਲੈਣ ਵਾਸਤੇ ਸਤਨਾਮ ਜੀ ਆਏ ਅਤੇ ਉਸ ਤੋਂ ਬਾਅਦ ਅੱਗੇ ਅਸੀਂ ਟੱਕਰ ਗਏ ਔਰ ਸਤਨਾਮ ਜੀ ਦੀ ਮੈਂ ਗੱਲ ਦੱਸ ਦਵਾਂ ਕਿ ਲਹਿੰਦੇ ਅਤੇ ਜੋ ਲਹਿੰਦਾ ਪੰਜਾਬ ਹੈ ਚੜ੍ਹਦਾ ਪੰਜਾਬ ਹੈ ਉਹਨੂੰ ਅਗਰ ਜੋੜਨ ਦੀਆਂ ਗੱਲਾਂ ਕਰਦੇ ਨੇ ਜਿਵੇਂ ਉੱਧਰ ਨਸਰ ਢਿੱਲੋਂ ਨਹੀਂ ਪਾਕਿਸਤਾਨ ਦੇ ਵਿੱਚ ਤਾਂ ਇੱਧਰੋਂ ਸਤਨਾਮ ਜੀ ਵਰਗੇ ਬੰਦੇ ਜਿਹੜੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਦੇ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ
ਔਰ ਫੋਕ ਸਿੰਗਰ ਹੈ ਔਰ ਖਾਸ ਤੌਰ 'ਤੇ ਮਲੇਰਕੋਟਲੇ ਦੇ ਵਿੱਚ ਸਤਨਾਮ ਜੀ ਨੂੰ ਸ਼ਾਇਦ ਮੇਰੇ ਤੋਂ ਜ਼ਿਆਦਾ ਲੋਕ ਜਾਣਦੇ ਹੋਣਗੇ। ਉਹਦਾ ਕਾਰਨ ਇਹ ਹੈ ਕਿ ਪਹਿਲਾਂ 2 ਸਾਲ ਪਹਿਲਾਂ ਇਹਨਾਂ ਦੀ ਨਾਤ ਆਈ ਸੀਗੀ ਇੱਕ ਨਬੀ ਦੀਆਂ ਸਿਫਤਾਂ, ਅਤੇ ਹੁਣ ਸੈਫੁਲ ਮਲੂਕ ਜੋ ਇਹਨਾਂ ਦਾ ਨਵੀਂ ਨਾਤ ਹੈ, ਨਵਾਂ ਕਲਾਮ ਹੈ, ਔਰ ਉਹਦੇ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਅਤੇ ਅਗਲੀਆਂ ਗੱਲਾਂ ਫਿਰ ਸਤਨਾਮ ਜੀ ਦੇ ਨਾਲ। ਸਤਨਾਮ ਜੀ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ 'ਚ ਇੱਕ ਵਾਰ ਫੇਰ ਜੀ। ਬਹੁਤ ਬਹੁਤ ਸ਼ੁਕਰੀਆ ਮਾਮੂਨ ਸਾਹਿਬ। ਮੈਂ ਸਾਡੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ, ਮਲੇਰਕੋਟਲਾ ਵਾਸੀਆਂ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਮੁਬਾਰਕਬਾਦ ਪੇਸ਼ ਕਰਦਾ, ਔਰ ਅਤਰਜ਼ਲ ਹਰਮ ਜਿਹੜਾ ਕਿ ਸਾਡੇ ਸ਼ਿਆਮਾ ਸਾਹਿਬ ਹਮੇਸ਼ਾ ਹੀ ਪਿਆਰ ਨਾਲ ਨਿਵਾਜਦੇ ਨੇ ਜਦੋਂ ਵੀ ਇੱਥੇ ਕਦੇ ਆਈਦਾ। ਸੋ ਅੱਜ ਮੇਲੇ ਹੋਏ ਨੇ, ਸੋ ਬਹੁਤ ਬਹੁਤ ਮੁਬਾਰਕ ਇਸ ਮਹੀਨੇ ਦੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਤਨਾਮ ਜੀ, ਪਹਿਲਾਂ ਤਾਂ ਨਵੀਂ ਦੀਆਂ ਸਿਫਤਾਂ ਜੋ ਨਾਤ ਆਈ ਸੀ ਉਹਦੀ ਪ੍ਰਚਲਿਤਾ ਮਤਲਬ ਇੰਨੀ ਕੁ ਜ਼ਿਆਦਾ ਪ੍ਰਚਲਿਤ ਹੋਈ, ਉਹ ਨਾ ਸਿਰਫ ਮਲੇਰਕੋਟਲਾ ਪੰਜਾਬ ਦੀ ਗੱਲ ਕਰਾਂ ਮੈਂ ਜਿੱਥੇ ਵੀ ਪੰਜਾਬੀ ਬੈਠਾ ਅਤੇ ਉੱਥੇ ਸੁਣੀ ਅਤੇ ਉਹ ਚੀਜ਼ ਪਾਪੂਲਰ ਹੋਈ, ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਵਿਊਜ਼ ਆਏ, ਅਤੇ ਹੁਣ ਜਿਹੜਾ ਸੈਫੁਲ ਮਲੂਕ ਤੁਹਾਡਾ ਕਲਾਮ ਹੈ ਇਹਦੇ 'ਤੇ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ, ਮਤਲਬ ਕਿੰਨਾ ਕੁ ਕਿੱਥੇ ਦੇਖਦੇ ਉਹਨੂੰ? ਮਾਮੂ ਸਾਹਿਬ, ਜਿਹੜਾ ਨਬੀ ਦੀਆਂ ਸਿਫਤਾਂ ਨਾਜ਼ ਸ਼ਰੀਫ ਜਿਹੜੀ 2021 ਦੇ ਵਿੱਚ ਮੈਂ ਪੜ੍ਹੀ ਹਜ਼ੂਰ ਦੀ ਸ਼ਾਨ 'ਚ, ਉਹ ਮੇਰੇ ਵੱਲੋਂ ਹੀ ਲਿਖੀ ਗਈ ਸੀ, ਕਿਉਂਕਿ ਮੈਂ ਇਹ ਹਮੇਸ਼ਾ ਮਹਿਸੂਸ ਕੀਤਾ ਕਿ ਜਿੱਥੇ ਨਫ਼ਰਤਾਂ ਦਾ ਬਾਜ਼ਾਰ ਗਰਮ ਹੈ ਉੱਥੇ ਹੀ ਜੋ ਲੋਕ ਭਾਈਚਾਰੇ ਦੀ ਗੱਲ ਕਰਦੇ ਨੇ, ਸਾਂਝੀਵਾਲਤਾ ਦੀ ਗੱਲ ਕਰਦੇ ਹਨ, ਉਹ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਗਲਵੱਕੜੀ ਦੇ ਵਿੱਚ, ਗੁਲਦਸਤੇ ਦੇ ਰੂਪ ਦੇ ਵਿੱਚ ਸਮਝਦੇ ਨੇ। ਸੋ ਮੈਂ ਉਹਨਾਂ ਆਪਣੇ ਵੱਡਿਆਂ ਦੇ ਪਾਏ ਪੂਰਨੇ ਆ 'ਤੇ, ਕਿਉਂਕਿ ਮੇਰਾ ਵੀ ਜਿਹੜਾ ਤਾਲੁਕ ਹੈ ਉਹ ਇਸੇ ਰਿਆਸਤ ਮਲੇਰਕੋਟਲਾ ਦੇ ਨਾਲ, ਇੱਕ ਪਿੰਡ ਪੈਂਦਾ ਮਲੇਰਕੋਟ ਚੌਂਦਾ, ਜਿੱਥੇ ਦਾ ਮੈਂ ਵਸਨੀਕ ਹੈ, ਜਿੱਥੇ ਮੈਂ ਜੰਮਿਆ ਪਲਿਆ, ਅਤੇ ਉੱਥੋਂ ਮੈਂ ਬਚਪਨ ਤੋਂ ਹੀ ਸੁਣਦਾ ਸੀ ਨਵਾਬ ਸ਼ੇਰ ਖਾਂ ਮਲੇਰਕੋਟਲਾ ਜੀ, ਜਿਨ੍ਹਾਂ ਨੇ ਹਾਦਾ ਨਾਰਾ ਗੁਰੂ ਸਾਹਿਬ ਦੇ ਬੱਚਿਆਂ ਦੇ ਲਈ, ਸਾਹਿਬਜ਼ਾਦਿਆਂ ਦੇ ਲਈ ਮਾਰਿਆ। ਸੋ ਉਸ ਕਰਕੇ ਮੈਨੂੰ ਹਮੇਸ਼ਾ ਹੀ ਦਿਲ ਦੇ ਵਿੱਚ ਸੀ ਕਿ ਜੇ ਸਾਡੇ ਮੁਸਲਿਮ ਸਮਾਜ ਤੋਂ ਇਸ ਤਰ੍ਹਾਂ ਦਾ ਪਿਆਰ ਦਾ ਸਬੂਤ ਸਾਨੂੰ ਮਿਲਿਆ, ਕਿਉਂ ਨਾ ਇੱਕ ਸਿੱਖਾਂ ਦੇ ਘਰ ਜਨਮ ਲੈਣ ਕਰਕੇ ਮੈਨੂੰ, ਮੇਰੀ ਵੀ ਜਿਹੜੀ ਹੈ ਉਹ ਦਿਲ 'ਚ ਖਾਸ ਖਾਹਿਸ਼ ਜਾਗੀ, ਔਰ ਹਜ਼ੂਰ ਦੀ ਮੈਂ ਕਹਾਂਗਾ ਉਹਨਾਂ ਦੀ ਕਰਮ ਨਵਾਜ਼ੀ ਹੈ ਕਿ ਦਿਲ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਮੈਂ ਹਜ਼ੂਰ ਦੀ ਮਦਦ ਸਰਾਈ ਕਰਾਂ। ਔਰ ਉਹ ਨਬੀ ਦੀਆਂ ਸਿਫਤਾਂ ਜਦੋਂ ਮੈਂ ਨਾਤ ਪੜ੍ਹੀ, ਅਤੇ ਮੈਂ ਇਹ ਗੱਲ ਪੂਰੇ ਉਹਦੇ ਨਾਲ ਹੱਕ ਨਾਲ ਦੱਸ ਰਿਹਾ ਕਿ ਪੂਰੀ ਦੁਨੀਆ 'ਚ ਕੋਈ ਵੀ ਸ਼ਖਸ ਅਜਿਹਾ ਨਹੀਂ ਜਿੱਥੇ ਦੂਜੀ ਨੇ ਮੇਰੇ ਲਈ ਦੁਆ ਨਹੀਂ ਕੀਤੀ, ਹਰ ਇੱਕ ਨੇ ਦੁਆ ਕੀਤੀ। ਅਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਕੱਲੇ ਮੁਸਲਿਮ ਸਮਾਜ ਨੇ ਹੀ ਨਹੀਂ, ਸਾਰੇ ਧਰਮਾਂ ਦੇ ਲੋਕਾਂ ਦੇ ਮੈਨੂੰ ਫੋਨ ਆਏ, ਬਕਾਇਦਾ ਮੈਸੇਜ ਆਏ ਕਿ ਸਾਨੂੰ ਤੇਰੀ ਇਹ ਗੱਲ ਬਹੁਤ ਚੰਗੀ ਲੱਗੀ ਹੈ। ਸੋ ਮੈਂ ਇਹਦੇ ਪਿੱਛੇ ਜੇ ਕਾਰਨ ਕੋਈ ਸਮਝਦਾ ਵੀ ਉਹ ਕਿਉਂ ਚੰਗੀ ਲੱਗੀ ਹੈ, ਉਹ ਇਸ ਕਰਕੇ ਚੰਗੀ ਲੱਗੀ ਹੈ ਕਿਉਂਕਿ ਹਜ਼ੂਰ ਦੀ, ਪੈਗੰਬਰ ਦੀ ਸ਼ਾਨ ਜਿਹੜੀ ਹੈ ਬਹੁਤ ਵੱਡੀ ਹੁੰਦੀ ਹੈ। ਅਸੀਂ ਨਾ ਚੀਜ਼, ਅਸੀਂ ਕੁਛ ਵੀ ਬਿਆਨ ਨਹੀਂ ਕਰਨ ਦੇ ਕਾਬਿਲ, ਪਰ ਇੱਕ ਤਾਲਬੇ ਇਲਮ ਕਹਿ ਲਓ ਜਾਂ ਇੱਕ ਅਕੀਦਤਮੰਦ ਕਹਿ ਲਓ, ਕਿਉਂਕਿ ਹਮ ਕਿਸੀ ਵੀ ਹੋ ਮਜ਼ਹਬ ਸੇ ਕਾਇਲ ਕਾਇਲੇ ਕਿਰਦਾਰ ਤੋਂ ਹੈ। ਅਸੀਂ ਜਿਵੇਂ ਕੁੰਵਰ ਮਹਿੰਦਰ ਬੇਦੀ ਸਾਹਿਬ ਨੇ ਕਿਹਾ ਕਿ ਹੋ ਜਾਏ ਇਸ਼ਕ ਕਿਸੀ ਸੇ ਤੋ ਚਾਰਾ ਤੋਂ ਨਹੀਂ, ਸਿਰਫ ਮੁਸਲਮਾਨੋਂ ਕਾ ਮੁਹੰਮਦ ਪਿਆ ਜਾਰਾ ਤੋਂ ਨਹੀਂ। ਸੋ ਇਹ ਜੇ ਉਹ ਰਹਿਮਤੁਲ ਆਲਮੀਨ ਬਣ ਕੇ ਆਏ ਨੇ ਤਾਂ ਉਹ ਪੈਗੰਬਰ ਸਾਰਿਆਂ ਦੇ ਸਾਂਝੇ ਨੇ। ਅਸੀਂ ਉਹਨਾਂ ਦੀ ਸ਼ਾਨ ਦੇ ਵਿੱਚ ਜੋ ਨਾਤ ਜਿਹੜੀ ਹੈ ਪੜ੍ਹੀ, ਉਹਨੂੰ ਪੂਰੀ ਦੁਨੀਆ ਨੇ ਮਾਣ ਦਿੱਤਾ। ਅਤੇ ਫਿਰ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੈਂ ਵਿੱਚ ਮਦੀਨੇ ਡੇਰਾ ਦੂਸਰੀ ਨਾਤ ਜਿਹੜੀ ਪੇਸ਼ ਕੀਤੀ, ਉਸ ਤੋਂ ਬਾਅਦ ਇੱਕ ਇਮਾਮ ਹੁਸੈਨ ਦੀ ਸ਼ਹਾਦਤ 'ਤੇ ਵੀ ਗੱਲ ਕੀਤੀ। ਅਤੇ ਹੁਣ ਜੋ ਇਸ ਵਾਰੀ ਈਦ ਦਾ ਪਵਿੱਤਰ ਦਿਹਾੜਾ ਆ ਰਿਹਾ, ਉਹਦੇ ਸੰਬੰਧ ਦੇ ਵਿੱਚ ਮੈਂ ਜੋ ਇੱਕ ਹਮਦੀਆ ਕਲਾਮ ਹੈ ਜਿਸਦੇ ਵਿੱਚ ਹਮਦ ਦੇ ਸ਼ੇਰ ਨੇ, ਉਹ ਮੀਆਂ ਮੁਹੰਮਦ ਬਖਸ਼ ਸਰਕਾਰ ਦਾ ਇੱਕ ਲਿਖਿਆ ਹੋਇਆ ਕਲਾਮ ਹੈ ਜਿਹਨੂੰ ਸੈਫੁਲ ਮਲੂਕ ਕਹਿੰਦੇ ਨੇ, ਉਹ ਮੈਂ ਇਸ ਵਾਰੀ ਰਿਕਾਰਡ ਕੀਤਾ ਜੀ, ਜਿਹੜਾ ਅਜੇ ਕੱਲ੍ਹ ਹੀ ਅਸੀਂ ਰਾਤ ਉਸਨੂੰ ਅਪਲੋਡ ਕੀਤਾ, ਪੂਰੀ ਦੁਨੀਆ ਦੇ ਅੱਗੇ ਨਸ਼ਰ ਕੀਤਾ। ਸੋ ਮੈਨੂੰ ਉਮੀਦ ਹੈ
ਕਿ ਮੇਰੇ ਮਲੇਰਕੋਟਲਾ ਵਾਸੀ ਪੰਜਾਬ ਵਾਸੀ ਅਤੇ ਇਸ ਵੀਡੀਓ ਨੂੰ ਦੇਖ ਰਹੇ ਹਰ ਸ਼ਖਸ ਮੇਰੇ ਉਸ ਕਲਾਮ ਨੂੰ ਵੀ ਮਾਣ ਅਤੇ ਇੱਜ਼ਤ ਬਖਸ਼ੇਗਾ। ਔਰ ਇਹ ਸਭ ਕੁਛ ਮੈਂ ਜੇ ਕਿਸੇ ਨੂੰ ਸਮਰਪਿਤ ਕਰਦਾ ਜਾਂ ਮੇਰਾ ਏਜੰਡਾ ਕੀ ਹੈ, ਮੇਰਾ ਏਜੰਡਾ ਸਿਰਫ ਇਹ ਹੈ ਕਿ ਅਸੀਂ ਆਓ ਮੁਹੱਬਤਾਂ ਬੀਜੀਏ ਤਾਂ ਜੋ ਖੁਸ਼ੀਆਂ ਉੱਗਣ। ਔਰ ਖੁਸ਼ੀਆਂ ਉੱਥੇ ਹੀ ਹੁੰਦੀਆਂ ਨੇ ਜਿੱਥੇ ਅਮਨ, ਸਲਾਮਤੀ ਅਤੇ ਇੱਕ ਦੂਜੇ ਦੀ ਭਾਈਚਾਰੇ ਦੀ ਇੱਕ ਮੈਂ ਕਹਿੰਦਾ ਇੱਕ ਜਿਹੜੀ ਸਾਂਝ ਹੈ ਉਹ ਬਰਕਰਾਰ ਰਹੇ। ਅਤੇ ਮੈਂ ਇਸ ਸ਼ਹਿਰ ਦਾ ਹਮੇਸ਼ਾ ਰਿਣੀ ਰਹਾਂਗਾ ਮਾਮੂਨ ਸਾਹਿਬ, ਤੁਹਾਡਾ ਔਰ ਇਸ ਸ਼ਹਿਰ ਵਿਚਲੇ ਉਹਨਾਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ 2021 ਦੇ ਵਿੱਚ ਜਦੋਂ ਮੈਂ ਔਨਾਤ ਪੜ੍ਹੀ ਤਾਂ ਪਹਿਲੇ ਦੋ ਦਿਨਾਂ ਬਾਅਦ ਹੀ ਉਹਨਾਂ ਨੇ ਪੂਰੀ ਮਤਲਬ ਮਲੇਰਕੋਟਲੇ 'ਚ ਵੱਡੇ ਵੱਡੇ ਫੰਕਸ਼ਨ ਕਰਕੇ ਲਗਭਗ 30 ਜਗ੍ਹਾ 'ਤੇ ਮੈਨੂੰ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਅਤੇ ਪਿਛਲੇ ਸਾਲ ਵੀ ਆਇਆ, ਇਸ ਸਾਲ ਵੀ ਆ, 3 ਜਗ੍ਹਾ 'ਤੇ ਮੈਨੂੰ ਜਿਹੜਾ ਮੁਬੀਨ ਫਰੂਕੀ ਸਾਹਿਬ ਨੇ, ਨਸੀਰ ਅਖਤਰ ਸਾਹਿਬ ਨੇ, ਇੱਕ ਆਪਣੇ ਯੂਸਫ ਕਾਸਮੀ ਸਾਹਿਬ ਜਿਹੜੇ ਕਿ ਮੁਫਤੀ ਆਜ਼ਮ ਸਰਕਾਰ ਉਹਨਾਂ ਦੇ ਬੇਟੇ ਨੇ। ਸੋ ਇਸੇ ਤਰ੍ਹਾਂ ਹੀ ਹੋਰ ਜਿੰਨੀਆਂ ਸ਼ਖਸੀਅਤਾਂ ਨੇ, ਚਾਹੇ ਅਹਿਮਦਗੜ੍ਹ ਨੇ, ਰੋਜ਼ਾ ਸ਼ਰੀਫ ਸਰਹੰਦ ਹੈ, ਹਰ ਜਗ੍ਹਾ ਤੋਂ ਲੋਕਾਂ ਨੇ ਮੁਹੱਬਤ ਬਖਸ਼ੀ ਹੈ। ਸੋ ਇਹਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ ਜੀ। ਸਰ, ਇਸ ਤੋਂ ਪਹਿਲਾਂ ਕਿ ਆਪਾਂ ਜੋ ਤੁਹਾਡਾ ਕਲਾਮ ਜੋ ਹੁਣ ਤੁਸੀਂ ਪੇਸ਼ ਕੀਤਾ ਉਹਦੀ ਗੱਲ ਕਰੀਏ, ਜਿਹੜੇ ਦੋ ਨਾਤਾਂ ਤੁਹਾਡਾ ਨਾਤੀਆਂ ਕਲਾਮ ਪਹਿਲਾਂ ਆ ਚੁੱਕੇ, ਮੈਂ ਚਾਹੁੰਦਾ ਕਿ ਅਗਰ ਥੋੜ੍ਹਾ ਥੋੜ੍ਹਾ ਆਪਾਂ ਨਜ਼ਰ ਕਰ ਦਈਏ ਸਾਡੇ ਆਡੀਅੰਸ 'ਤੇ ਜੀ। ਜੀ ਸਰਕਾਰ, ਮੈਂ ਨਬੀ ਦੀਆਂ ਸਿਫਤਾਂ ਦੇ ਦੋ ਸ਼ੇਰ ਤੁਹਾਡੇ ਨਾਲ ਸਾਂਝੇ ਕਰਦਾ। ਸੋਹਣੇ ਨਬੀ ਦੀਆਂ ਸਿਫਤਾਂ ਕੀ ਆਖਾਂ, ਕੁੱਲ ਨਬੀਆਂ ਦਾ ਸਰਦਾਰ ਆਇਆ ਜੀ ਦਾ ਆਸਰਾ, ਕੁੱਲ ਬੇ ਸਹਾਰਿਆਂ ਨੂੰ ਐਸਾ ਵਿੱਚ ਮਦੀਨੇ ਗਮ ਖਾਰਾਇਆ। ਸੋਹਣੇ ਨਬੀ ਦੀਆਂ ਸਿਫਤਾਂ ਕੀ ਆਖਾਂ, ਉਹ ਬੋਲੇ ਤੇ ਅੱਲਾ ਪਿਆ ਬੋਲਦਾ ਏ ਕੈਸਾ ਨੂਰ ਇਲਾਹੀ ਉਸ ਰੱਬ ਦਾ ਏ ਜੀ ਨੇ ਜੱਗ ਵਿੱਚ ਪੈਦਾ ਇਸਲਾਮ ਕੀਤਾ, ਉਹਨੂੰ ਫਿਕਰ ਯਾਰਾ ਸਾਡੇ ਸਭ ਦਾ ਏ ਜੀ ਦੀ ਨਜ਼ਰ ਵੇਖ ਚੰਨ ਹੋਇਆ ਟੁਕੜੇ ਹੋਇਆ ਟੁਕੜੇ ਹੋਇਆ ਟੁਕੜੇ ਐਸਾ ਚੰਨਾ ਚੋਂ ਚੰਨ ਬਾ ਕਮਾਲ ਆਇਆ। ਸੋਹਣੇ ਨਬੀ ਦੀਆਂ ਸਿਫਤਾਂ ਕੀ ਆਖਾਂ, ਮੇਰੇ ਆਕਾ ਦੀਆਂ ਸਿਫਤਾਂ ਕੀ ਆਖਾਂ। ਸੋ ਇਹ ਨਾਤ ਪੜ੍ਹੀ ਸੀਗੀ ਜੀ ਨਬੀ ਦੀਆਂ ਸਿਫਤਾਂ। ਅਤੇ ਫਿਰ ਉਸ ਤੋਂ ਅਗਲੇ ਸਾਲ ਇੱਕ ਵਿੱਚ ਮਦੀਨੇ ਡੇਰਾ, ਉਹਦਾ ਮੈਂ ਇੱਕ ਸ਼ੇਅਰ ਸੁਣਾ ਦੇਣਾ। ਤੇਰੇ ਸਬਜ਼ ਗੁੰਬਦਾਂ ਦੀ ਛਾਵੇਂ ਤੇਰੇ ਸਬਜ਼ ਗੁੰਬਦਾਂ ਦੀ ਛਾਵੇਂ ਹਬੀਬੁੱਲਾ ਕੜੀ ਪਲ ਤੋਂ ਪਲ ਅਸੀਂ ਬਹਿ ਆਈਏ, ਹੋਵੇ ਨਜ਼ਰ ਤੇਰੀ ਗੁਨਾਹਗਾਰ ਉੱਤੇ ਦੁਖੜੇ ਦਿਲ ਦੇ ਦਿਲਬਰ ਨੂੰ ਕਹਿ ਆਈਏ, ਅਵਲ ਅੱਲਾ ਦਾ ਨਾਮ ਤੇ ਆਈਏ ਫੇਰ ਦਰੂਦ ਨਬੀ ਦੇ ਗਾਈਏ, ਉਹਦੀ ਸ਼ਾਨ ਤੋਂ ਸਦਕੇ ਜਾਈਏ ਹੱਕ ਸੱਚ ਦੇ ਰਖਵਾਲੇ ਦਾ ਵਿੱਚ ਮਦੀਨੇ ਡੇਰਾ ਸੋਹਣੇ ਕਮਲੀ ਵਾਲੇ ਦਾ ਵਿੱਚ ਮਦੀਨੇ ਡੇਰਾ ਸੋਹਣੇ ਕਮਲੀ ਵਾਲੇ ਦਾ। ਵਾਹ ਜੀ ਵਾਹ, ਬਹੁਤ ਅੱਛਾ ਬਹੁਤ ਅੱਛਾ। ਔਰ ਇੱਕ ਤਾਂ ਚੋਇਸ ਆਫ ਵਰਡਸ ਬਹੁਤ ਅੱਛੀ ਹੈ ਜੀ, ਇੱਕ ਦੂਸਰੇ ਆਵਾਜ਼ ਦਾ ਚਲੋ ਮਾਸ਼ਾਅੱਲਾ ਕੀ ਕਹਿਣਾ। ਇੱਕ ਖਾਸ ਤੌਰ ਦੇ ਉੱਪਰ ਜੋ ਆਪਾਂ ਗੱਲ ਕਰਦੇ ਨਾ ਕਿ ਤਸ਼ਬੀਹ ਦੇਣੀ,
ਇਹ ਜਿਹੜੇ ਬੰਦੇ ਮਤਲਬ ਲੈਂਗੁਏਜ ਨੂੰ ਸਮਝਦੇ ਨੇ, ਜਿਹੜੇ ਬੰਦੇ ਮਤਲਬ ਆਪਾਂ ਗੱਲ ਕਰਦੇ ਹਾਂ ਕਿ ਇੱਕ ਲਫ਼ਜ਼ ਕਿਹਾ ਜਾਂਦਾ, ਲਫ਼ਜ਼ ਦੇ ਪਿੱਛੇ ਕਹਾਣੀ ਹੁੰਦੀ ਹੈ। ਮੈਂ ਇੱਕ ਚੀਜ਼ ਦੇਖੀ ਕਿ ਤੁਹਾਡੇ ਮਤਲਬ ਜੋ ਤੁਸੀਂ ਪੜ੍ਹਦੇ ਹੋ ਮਤਲਬ ਇਹ ਹਰੇਕ ਲਫ਼ਜ਼ ਦੇ ਪਿੱਛੇ ਇੱਕ ਕਹਾਣੀ ਹੈ, ਮਤਲਬ ਬਹੁਤ ਡੂੰਘੀਆਂ ਗੱਲਾਂ। ਰਾਸਦ ਸਾਹਿਬ ਬਿਲਕੁਲ, ਇਹ ਮੈਂ ਇਸ ਗੱਲ ਨੂੰ ਹਮੇਸ਼ਾ ਇਹ ਸੋਚਦਾ ਹੁੰਦਾ ਜਦੋਂ ਖਾਸ ਕਰਕੇ ਨਾਤ ਲਿਖਣੀ ਹੈ, ਕਿਉਂਕਿ ਇੱਕ ਤਾਂ ਪ੍ਰੋਫਿਟ ਮੁਹੰਮਦ ਸਾਹਿਬ ਦੀ ਸ਼ਾਨ ਬਹੁਤ ਵੱਡੀ ਹੈ, ਜਿਹੜੇ ਨਬੀਆਂ ਦੇ ਸਰਦਾਰ ਹੋਣ, ਜਿਹੜੇ ਜਿਨ੍ਹਾਂ 'ਤੇ ਨਬੂਵਤ ਜਿਹੜੀ ਹੈ ਖਤਮ ਹੋਈ ਹੋਵੇ, ਖਤਮੇ ਨਬੂਵਤ ਹੁੰਦੀ ਹੈ, ਜਿਨ੍ਹਾਂ ਦੀ ਸ਼ਾਨ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਰੱਬ ਨੂੰ ਇਸ਼ਕ ਹੋਇਆ ਨਬੀ ਪਾਕ ਦਾ ਕਰਮ ਜਮਾਲ ਮਾਏ। ਸੋ ਇਹ ਜਿਹੜੀ ਮੈਂ ਇਹ ਜਦੋਂ ਸ਼ਬਦ ਚੁਣੇ, ਇਹ ਮੈਂ ਕਹਾਂਗਾ ਹਜ਼ੂਰ ਦੀ ਹੀ ਕੋਈ ਰਹਿਮਤ ਕਰਮ ਨਵਾਜ਼ੀ ਹੈ ਕਿ ਇਸ ਤਰ੍ਹਾਂ ਦੇ ਸ਼ਬਦ। ਔਰ ਜਿਹੜਾ ਮੈਂ ਸ਼ੇਰ ਪੜ੍ਹਿਆ ਕਿ ਤੇਰੇ ਸਬਜ਼ ਗੁੰਬਦਾਂ ਦੀ, ਯਕੀਨ ਮੰਨਣਾ 2021 ਤੋਂ ਲੈ ਕੇ 2022 ਤੱਕ, ਯਾਨੀ ਕਿ ਇੱਕ ਸਾਲ ਦਾ ਸਮੇਂ 'ਚ ਪਹਿਲੀ ਲਾਈਨ ਨਹੀਂ ਸ਼ੁਰੂ ਹੋਈ। ਇਹ ਪਤਾ ਨਹੀਂ ਕੀ ਗੱਲ ਹੋਈ, ਇੱਕ ਲਾਈਨ ਸੋਚਦਾ ਰਿਹਾ ਅਤੇ ਪਹਿਲਾ ਸ਼ਬਦ ਜਿਹੜਾ ਜ਼ਿਹਨ 'ਚ ਆਇਆ ਹਬੀਬੁੱਲਾ। ਅਤੇ ਮੈਂ ਕਿਹਾ ਕੋਈ ਹਬੀਬੁੱਲਾ ਦੀ ਗੱਲ ਕਰਨੀ ਪੈਣੀ ਹੈ ਅਤੇ ਕਿੱਧਰ ਨੂੰ ਕਰਾਂ, ਅਤੇ ਫਿਰ ਆਪਣੇ ਆਪ ਜਿਵੇਂ ਕਹਿ ਲਓ ਨਾ ਆਮਦ ਕਹਿ ਲਓ ਜਾਂ ਕੋਈ ਪਰਮਾਤਮਾ ਵੱਲੋਂ ਤੁਹਾਨੂੰ ਕੋਈ ਸ਼ਬਦ ਜਿਹੜੇ ਮਨ 'ਚ ਉਤਰਦੇ ਨੇ ਜਾਂ ਦਿਮਾਗ 'ਚ ਜਾਂ ਦਿਲ 'ਚ, ਅਤੇ ਉਹ ਆਏ ਕਿ ਤੇਰੇ ਸਬਜ਼ ਗੁੰਬਦਾਂ ਦੀ ਛਾਵੇਂ ਹਬੀਬੁੱਲਾ। ਅਤੇ ਇਸ ਤਰ੍ਹਾਂ ਇਹ ਜਿਹੜੀ ਲਾਈਨ ਪੂਰੀ ਹੋਈ ਜਾਂ ਬਹਿਰ ਫਿਰ ਬਣੀ, ਫਿਰ ਇਸ ਤੋਂ ਬਾਅਦ ਇਹ ਨਾਤ ਜਿਹੜੀ ਹੈ ਸ਼ਕਲ ਦੇ ਰੂਪ 'ਚ ਆਈ, ਅਤੇ ਜਿਹਨੂੰ ਕੁੱਲ ਜਹਾਨ 'ਚੋਂ ਮੈਂ ਕਹਾਂਗਾ, ਮੈਂ ਮਲੇਰਕੋਟਲਾ ਵਾਸੀਆਂ ਦਾ, ਪੰਜਾਬ ਵਾਸੀਆਂ ਦਾ ਅਤੇ ਖਾਸ ਕਰਕੇ ਮੁਸਲਿਮ ਭਾਈਚਾਰੇ ਦਾ ਇਸ ਕਰਕੇ ਧੰਨਵਾਦੀ ਹਾਂ ਕਿ ਜਿੰਨੀਆਂ ਦੁਆਵਾਂ, ਜਿੰਨਾ ਪਿਆਰ, ਜਿੰਨਾ ਸਤਿਕਾਰ ਕਿਸੇ ਇਨਸਾਨ ਨੂੰ ਸਾਰੀ ਜ਼ਿੰਦਗੀ 'ਚ ਕਹਿ ਕੇ ਮਿਲਦਾ ਕਿ ਮੇਰੇ ਲਈ ਦੁਆ ਕਰੋ, ਮੇਰੇ ਲਈ ਦੁਆ ਕਰੋ, ਉਹ ਮੈਨੂੰ ਇਹਨਾਂ ਨੇ ਇੱਕ ਦੋ ਸਾਲਾਂ 'ਚ ਹੀ ਪੂਰੀ ਦੁਨੀਆ 'ਚੋਂ, ਮੈਂ ਕਿਵੇਂ ਦੱਸਾਂ ਕਿ ਅਮੈਰੀਕਾ, ਕਨੇਡਾ, ਆਸਟ੍ਰੇਲੀਆ, ਪਾਕਿਸਤਾਨ, ਬਹਿਰੀਨ, ਦੁਬਈ, ਹਰ ਜਗ੍ਹਾ ਤੋਂ, ਇੰਗਲੈਂਡ, ਹਰ ਜਗ੍ਹਾ ਤੋਂ, ਜਿੰਨੇ ਵੱਡੇ ਛੋਟੇ ਮੁਲਕ ਨੇ ਹਰ ਜਗ੍ਹਾ ਤੋਂ, ਵੱਖ ਵੱਖ ਸ਼ਹਿਰਾਂ ਤੋਂ, ਔਰ ਉਹਨਾਂ ਨੇ ਇੰਨੀ ਮੁਹੱਬਤ ਕਰੀ ਹੈ। ਅਤੇ ਇੱਕ ਗੱਲ ਜਿਹੜੀ ਸਾਰਿਆਂ ਨੇ ਕਹੀ ਹੈ ਕਿ ਇਹ ਹਜ਼ੂਰ ਦੀ ਸ਼ਾਨ ਕਰਕੇ ਸਾਨੂੰ ਚੰਗਾ ਲੱਗਿਆ। ਔਰ ਮੈਂ ਕਹਾਂਗਾ ਈਵਨ ਕਿ ਮਦੀਨਾ ਸ਼ਰੀਫ ਤੋਂ ਹਰ ਸਾਲ, ਚਾਹੇ ਈਦ ਦੇ ਨੇੜੇ ਤੇੜੇ, ਚਾਹੇ ਰੋਜ਼ਿਆਂ ਦੇ ਵਿੱਚ, ਕਿਸੇ ਨਾ ਕਿਸੇ ਦੋਸਤ ਦੀ ਜਿਹੜੇ ਉੱਥੇ ਗਏ ਹੁੰਦੇ ਨੇ, ਉਹ ਮੈਨੂੰ ਦਰਸ਼ਨ ਵੀ ਕਰਵਾਉਂਦੇ ਨੇ। ਔਰ ਮੈਨੂੰ ਕਹਿੰਦੇ ਨੇ ਕਿ ਅਸੀਂ ਪਿੱਛੇ ਜੇ ਇੱਕ ਮੈਨੂੰ ਇੱਕ ਫੈਮਿਲੀ ਮਸਕਟ ਤੋਂ ਸੀ, ਉਹ ਕਹਿੰਦੇ ਅਸੀਂ ਤੁਹਾਡੀ ਨਾਤ ਉੱਥੇ ਸੁਣ ਵੀ ਰਹੇ ਹਾਂ ਅਤੇ ਰੋ ਰਹੇ ਹਾਂ ਅਤੇ ਹਜ਼ੂਰ ਦੇ ਸਬਜ਼ ਗੁੰਬਦਾਂ ਦੇ ਸਾਹਮਣੇ ਖੜ੍ਹੇ ਹਾਂ। ਸੋ ਮੈਂ ਕਹਾਂਗਾ ਇਹ ਮੇਰੇ ਲਈ ਬਹੁਤ ਵੱਡੀ ਫਖਰ ਦੀ ਗੱਲ ਹੈ, ਮੇਰੇ ਲਈ ਮਤਲਬ ਮਾਣ ਦੀ ਗੱਲ ਹੈ। ਮੈਂ ਸਿੱਖ ਸਮਾਜ 'ਚ ਹੋ ਕੇ, ਇੱਕ ਗੈਰ ਮੁਸਲਿਮ ਹੋ ਕੇ, ਜਿਸ ਤਰ੍ਹਾਂ ਹਜ਼ੂਰ ਨੇ ਮੈਨੂੰ ਨਵਾਜਿਆ, ਮੇਰੇ 'ਤੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਪੂਰੀ ਦੁਨੀਆ ਮੇਰੇ ਲਈ ਦੁਆ ਕਰ ਰਹੀ ਹੈ ਔਰ ਮੈਨੂੰ ਪਿਆਰ ਭੇਜ ਰਹੀ ਹੈ। ਸੋ ਇਹ ਮੈਂ ਉਹਨਾਂ ਦੀ ਸ਼ਾਨ ਤੋਂ ਸਦਕੇ ਜਾਣਾ ਔਰ ਹਮੇਸ਼ਾ ਜਾਂਦਾ ਰਹੂੰਗਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਅੱਛਾ। ਹੁਣ ਸਰ ਗੱਲ ਕਰਦੇ ਹਾਂ ਆਪਾਂ ਜੋ ਹੁਣ ਲੇਟੈਸਟ ਕਲਾਮ ਹੈ ਜੀ, ਜੋ ਅਸੀਂ ਕੱਲ੍ਹ ਅਪਲੋਡ ਕੀਤਾ ਜੀ, ਸਰ ਇਹ ਤਾਂ ਅਸੀਂ ਇਹ ਚਾਹਾਂਗੇ ਕਿ ਤੁਸੀਂ ਸਾਨੂੰ ਪੂਰਾ ਸੁਣਾਓ ਜੀ। ਮੈਂ ਇਹਦੇ ਪੂਰਾ ਤਾਂ ਬਹੁਤ ਲੰਮਾ ਜੀ, ਪਰ ਮੈਂ ਇਹਦੇ 3-4 ਸ਼ੇਅਰ ਜਿਹੜੇ ਨੇ ਉਹ ਜਿਹੜੇ ਮੈਨੂੰ ਬਹੁਤ ਪਸੰਦ ਨੇ। ਔਰ ਇੱਕ ਗੱਲ ਮੈਂ ਇੱਥੇ ਵੀ ਕਹਿਣਾ ਚਾਹੁੰਦਾ ਕਿ ਸੈਫਲ ਮਲੂਕ ਜਿਹੜਾ ਕਲਾਮ ਹੈ ਉਹਦੇ ਵਿੱਚ ਹਮਦੀਆ ਸ਼ੇਅਰ ਬਹੁਤ ਨੇ, ਅਤੇ ਮੈਂ ਇਹ ਹਮੇਸ਼ਾ ਸੋਚਦਾ ਸੀ ਕਿ ਮੈਂ ਸ਼ੁਰੂਆਤ ਜਿਹੜੀ ਕੀਤੀ ਹੈ ਸੂਫੀ ਮਿਊਜ਼ਿਕ ਦੇ ਵਿੱਚ ਉਹ ਨਾਤ ਤੋਂ ਕੀਤੀ ਹੈ, ਪਰ ਉਹਦਾ ਦਸਤੂਰ ਇਹ ਬਣਦਾ ਕਿ ਹਮਦ ਤੋਂ ਕਰਨੀ ਚਾਹੀਦੀ ਹੈ। ਸੋ ਮੈਂ ਕਹਾਂਗਾ ਇਹ ਮੇਰੇ ਅੰਦਰ ਇੱਕ ਹਮੇਸ਼ਾ ਚੱਲਦਾ ਸੀ ਕਿ ਹਮਦ ਜਿਹੜਾ ਉਹ ਜ਼ਰੂਰੀ ਹੋਣੀ ਚਾਹੀਦੀ ਹੈ। ਸੋ ਇਸ ਵਾਰੀ ਮੈਂ ਕੋਸ਼ਿਸ਼ ਕੀਤੀ ਹੈ ਕਿ ਹਮਦ ਤੋਂ ਸ਼ੁਰੂ ਕੀਤਾ ਜਾਵੇ। ਸੋ ਉਹਦੇ ਵਿੱਚ 2-3 ਸ਼ੇਅਰ ਜਿਹੜੇ ਹਮਦ ਦੇ ਤਾਲੁਕ ਨੇ ਨਾਲ ਸੰਬੰਧਿਤ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਅਵਲ ਹਮਦ ਸਨਾ ਇਲਾਹੀ ਜੋ ਮਾਲਕ ਹਰ ਹਰ ਦਾ, ਉਸ ਦਾ ਨਾਮ ਚਿਤਾਰਨ ਵਾਲਾ
ਕਿਸੇ ਮੈਦਾਨ ਨਹੀਂ ਹਰ ਦਾ ਰਹਿਮਤ ਦਾ ਦਰਿਆ ਇਲਾਹੀ ਹਰ ਦਮ ਵਗਦਾ ਤੇਰਾ ਜੇ ਇੱਕ ਕਤਰਾ ਬਖਸ਼ੇ ਮੈਨੂੰ ਕੰਮ ਬਣ ਜਾਂਦਾ ਹੀ ਮੇਰਾ ਇੱਕ ਗੁਨਾਹ ਮੇਰਾ ਮਾਪੇ ਦੇਖਣ ਦੇਵਣ ਦੇਸ਼ ਨਿਕਾਲਾ ਲੱਖ ਗੁਨਾਹ ਮੇਰਾ ਅੱਲਾ ਵੇਖੇ ਉਹ ਪਰਦੇ ਪਾਵਣ ਵਾਲਾ ਸਭ ਸਈਆਂ ਇੱਥੇ ਪਾਣੀ ਨੂੰ ਆਈਆਂ ਕੋਈ ਕੋਈ ਮੁੜਸੀ ਭਰ ਕੇ ਜਿਨ੍ਹਾਂ ਨੇ ਭਰ ਕੇ ਸਿਰ 'ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਜਿਨ੍ਹਾਂ ਤਨਾਂ ਵਿੱਚ ਮੈਂ ਇਸ਼ਕ ਮੁਸਤਫਾ ਦੀ ਗੱਲ ਕਰ ਰਿਹਾ ਕਿ ਜਿਨ੍ਹਾਂ ਤਨਾਂ ਵਿੱਚ ਇਸ਼ਕ ਸਮਾਇਆ ਜਿਨ੍ਹਾਂ ਤਨਾਂ ਵਿੱਚ ਇਸ਼ਕ ਸਮਾਇਆ ਉਹਨਾਂ ਨਹੀਂ ਭੱਜ ਜਾਣਾ ਭਾਵੇਂ ਸੋਹਣੇ ਮਿਲਣ ਹਜ਼ਾਰਾਂ ਅਸਾਂ ਨੀ ਯਾਰ ਵਟਾਣਾ ਓਏ ਭਾਵੇਂ ਸੋਹਣੇ ਮਿਲਣ ਹਜ਼ਾਰਾਂ ਅਸਾਂ ਨੀ ਯਾਰ ਵਟਾਣਾ ਔਰ ਪੂਰੀ ਦੁਨੀਆ ਦੀ ਇਹ ਸਥਿਤੀ ਹੋਈ ਪਈ ਹੈ ਕੀ ਹੈ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਇਹ ਦੁਨੀਆ ਦਾ ਮੈਂ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ਧੱਕੇ ਮਾਰਨ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਆ ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਬਹੁਤ ਜੀ ਬਹੁਤ ਸੁਭਾਨ ਅੱਲਾ ਬਹੁਤ ਅੱਛਾ ਔਰ ਇੱਕ ਮਤਲਬ ਜੋ ਚੋਇਸ ਆਫ ਵਰਡਸ ਹੈ ਤੁਹਾਡੀ ਸਤਨਾਮ ਜੀ ਇੱਕ ਵਾਰ ਤਾਂ ਬੰਦਾ ਲੀਨ ਹੋ ਜਾਂਦਾ ਇੱਕ ਵਾਰ ਤਾਂ ਬੰਦਾ ਮਤਲਬ ਖੋਂਦਾ ਔਰ ਉਹਦੇ ਵਿੱਚ ਵਿਦਾਊਟ ਮਿਊਜ਼ਿਕ ਨੈਚੁਰਲ ਵੋਇਸ ਜੋ ਤੁਸੀਂ ਹੁਣ ਸੁਣਿਆ ਆਪਾਂ ਮਿਊਜ਼ਿਕ ਦੇ ਨਾਲ ਕਿਸੇ ਵੀ ਸਿੰਗਰ ਨੂੰ ਸੁਣਦੇ ਹਾਂ ਤਾਂ ਆਵਾਜ਼ ਚੱਕੀ ਜਾਂਦੀ ਹੈ ਮੈਂ ਮਿਊਜ਼ਿਕ ਦੇ ਬਾਰੇ ਔਰ ਸਿੰਗਿੰਗ ਦੇ ਬਾਰੇ ਇੰਨਾ ਤਾਂ ਨਹੀਂ ਜਾਣਦਾ ਲੇਕਿਨ ਇੱਕ ਗੱਲ ਜਿਹੜੀ ਨਾਤ ਵਿਦਾਊਟ ਮਿਊਜ਼ਿਕ ਤੁਸੀਂ ਪੜ੍ਹੀ ਹੈ ਲਾਜਵਾਬ ਔਰ ਜੀ ਸਰ ਇਹਦੇ 'ਚ ਮਾਮੂਨ ਸਾਹਿਬ ਇਹ ਤੁਹਾਡੀ ਮੁਹੱਬਤ ਵੀ ਹੈ ਔਰ ਇਹ ਜਿਹਨਾਂ ਦਾ ਮੈਂ ਕਲਾਮ ਗਾ ਰਿਹਾ ਜਿਸ ਦੇ ਲਈ ਇਹ ਕਲਾਮ ਹੈ ਉਹਨਾਂ ਸ਼ਖਸੀਅਤਾਂ ਉਹਨਾਂ ਮੈਂ ਪ੍ਰੋਫੈਟ ਮੁਹੰਮਦ ਸਾਹਿਬ ਅਤੇ ਹਜ਼ੂਰ ਦੀ ਜੋ ਅੱਲਾਹ ਪਾਕ ਦੇ ਲਈ ਹਮਦ ਕਹੀ ਗਈ ਹੈ ਔਰ ਜਿਹਨੂੰ ਜਿਹੜਾ ਕੁੱਲ ਦੁਨੀਆ ਨੂੰ ਚਲਾ ਰਿਹਾ ਨਿਜ਼ਾਮ ਨੂੰ ਚਲਾ ਰਿਹਾ ਇਹ ਉਹਨਾਂ ਦਾ ਜਿਵੇਂ ਕਹਿ ਲਓ ਜਦੋਂ ਕਹਿੰਦੇ ਨੇ ਕਿ ਮਾਲਕ ਨੂੰ ਕੋਈ ਬੰਦਾ ਯਾਦ ਕਰਦਾ ਅਤੇ ਉਹਦੇ 'ਚ ਬਰਕਤ ਆ ਜਾਂਦੀ ਹੈ ਸੋ ਇਹ ਜੇ ਮੇਰੀ ਆਵਾਜ਼ ਦੀ ਗੱਲ ਕਰਦੇ ਅਤੇ ਜਿਹਨਾਂ ਬਜ਼ੁਰਗਾਂ ਦੇ ਕੌਲ ਬਜ਼ੁਰਗਾਂ ਨੇ ਦੀਨ ਦੀ ਮੈਂ ਗੱਲ ਕਰ ਰਿਹਾ ਉਹਨਾਂ ਦੇ ਕੌਲ ਨੇ ਜੋ ਮਨਕਬਤ ਨੇ ਜਾਂ ਮਜ਼ਾ ਨੇ ਉਹ ਜਿਹੜੇ ਜਦੋਂ ਜਾਂ ਕਲਾਮ ਨੇ ਉਹ ਜਦੋਂ ਪੜ੍ਹੇ ਜਾਂਦੇ ਨੇ ਤਾਂ ਉਹ ਅਸਰ ਆ ਜਾਂਦਾ ਸੋ ਮੈਨੂੰ ਲੱਗਦਾ ਉਹਨਾਂ ਦੀ ਕਮਾਲ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਤਨਾਮ ਜੀ ਵਾਰ ਵਾਰ ਅਸੀਂ ਤੁਹਾਨੂੰ ਕਈ ਵਾਰ ਕਸ਼ਟ ਦਿੱਤਾ ਕਈ ਵਾਰ ਤੁਸੀਂ ਸਾਡੇ ਨਾਲ ਗੱਲ ਕੀਤੀ ਔਰ ਸਾਡੇ ਚੈਨਲ ਦੇ ਉੱਪਰ ਆਏ ਜਿਹਦੇ ਲਈ ਮੈਂ ਫਰੋਮ ਦਾ ਬੋਟਮ ਆਫ ਮਾਈ ਹਾਰਟ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੁਹਾਡਾ ਮਾਮੂਨ ਸਾਹਿਬ ਰੀਸੈਂਟ ਟਾਈਮ ਦੀ ਸਾਰੀ ਟੀਮ ਦਾ ਔਰ ਮੈਂ ਸਾਰੇ ਜਿੰਨੇ ਵੀ ਆਪਾਂ ਨੂੰ ਅੱਜ ਦੇਖ ਰਹੇ ਨੇ ਜਾਂ ਬਾਅਦ 'ਚ ਦੇਖਣਗੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਔਰ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਜੋ ਮੁਹੱਬਤ ਜੋ ਮਾਣ ਜੋ ਖਲੂਸ ਮੈਨੂੰ ਬਖਸ਼ਿਆ ਉਹਦੀ ਮੈਂ ਹਮੇਸ਼ਾ ਤਾ ਉਮਰ ਜਿਹੜੀ ਹੈ ਸ਼ੁਕਰੀਆ ਅਦਾ ਕਰਦਾ ਰਹਾਂਗਾ ਅਤੇ ਮਾਮੂਨ ਸਾਹਿਬ ਤੁਹਾਡਾ ਕਿਉਂਕਿ ਤੁਸੀਂ ਵੀ ਹਰ ਵਾਰੀ ਜਿਹੜਾ ਇੰਨੀ ਮੁਹੱਬਤ ਨਾਲ ਨਵਾਜਦੇ ਹੋ ਔਰ ਮੈਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹੋ ਇਹ ਵੀ ਮੈਂ ਹਮੇਸ਼ਾ ਯਾਦ ਰੱਖਾਂਗਾ ਕਿਉਂਕਿ ਇੱਕ ਫਨਕਾਰ ਨੂੰ ਇੱਕ ਕਲਾਕਾਰ ਨੂੰ ਸਭ ਤੋਂ ਵਧੀਆ ਲੱਗਦਾ ਜਦੋਂ ਉਹਨੂੰ ਲੋਕਾਂ ਦੇ ਰੂਬਰੂ ਕੀਤਾ ਜਾਂਦਾ ਜਾਂ ਉਹਦੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੋ ਅੱਜ ਜਿੱਥੇ ਨਫ਼ਰਤ ਵਾਲੇ ਲੋਕ ਪੂਰੀ ਦੁਨੀਆ 'ਤੇ ਹਾਵੀ ਨੇ ਜਿਹੜੇ ਕਹਿੰਦੇ ਨੇ ਕਿ ਵੰਡ ਦਿਆਂਗੇ ਕੱਟ ਦਿਆਂਗੇ ਲੁੱਟ ਲਾਂਗੇ
ਉਦੋਂ ਇਹ ਲੋਕ ਜਿਹੜੇ ਮੇਰੇ ਵਰਗੇ ਬਹੁਤ ਸਾਰੇ ਲੋਕ ਨੇ, ਮੈਂ ਇਕੱਲਾ ਨਹੀਂ ਹੈ, ਜਿਹੜੇ ਅਮਨ ਭਾਈਚਾਰਾ ਮੁਹੱਬਤ ਦੀ ਗੱਲ ਕਰ ਰਹੇ ਨੇ, ਉਹੋ ਜਿਹੇ ਲੋਕਾਂ ਨੂੰ ਵੀ ਤੁਸੀਂ ਟੀ ਵੀ ਦੇ ਮਾਧਿਅਮ ਰਾਹੀਂ, ਇਹ ਚੈਨਲ ਦੇ ਮਾਧਿਅਮ ਰਾਹੀਂ ਪੇਸ਼ ਕਰ ਰਹੇ ਹੋ। ਸੋ ਮੈਂ ਕਹਾਂਗਾ ਜਿਹੜਾ ਨਫ਼ਰਤਾਂ 'ਤੇ ਜਿੱਤ ਇਸੇ ਕਰਕੇ ਅਸੀਂ ਪ੍ਰਾਪਤ ਕਰਨੀ ਹੈ, ਜਦੋਂ ਮੁਹੱਬਤਾਂ ਵਾਲੇ ਲੋਕ ਅੱਗੇ ਆਉਣਗੇ ਬਾਹਾਂ 'ਚ ਬਾਹਾਂ ਪਾ ਕੇ, ਜੋ ਮਲੇਰਕੋਟਲੇ ਤੋਂ ਭਾਈਚਾਰੇ ਅਤੇ ਸਾਂਝੀਵਾਲਤਾ ਦੀ ਗੱਲ ਜਿਹੜੀ ਉੱਠੀ ਹੈ, ਔਰ ਇਹ ਜਿਹੜੀਆਂ ਰੂਹਾਂ ਜਿਹੜੀਆਂ ਮਲੇਰਕੋਟਲਾ ਸ਼ਹਿਰ ਦੇ ਵਿੱਚ, ਮੈਂ ਇੱਥੇ ਦਾਅਵੇ ਨਾਲ ਕਹਿਣਾ, ਭਾਵੇਂ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੋਣ, ਕਿਸੇ ਵੀ ਮਜ਼ਹਬ ਦੇ ਨਾਲ, ਮੈਂ ਅੱਜ ਦੇਖ ਕੇ ਆਇਆ ਮਸਜਿਦ ਦੇ ਵਿੱਚ ਕਿ ਅੱਜ ਉੱਥੇ ਹਿੰਦੂ ਮੁਸਲਿਮ ਸਿੱਖ ਸਾਰੇ ਕੋਈ ਸ਼ਫ਼ ਦੇ ਵਿੱਚ ਬੈਠੇ ਰੋਜ਼ਾ ਅਫਤਾਰੀ ਦੇ ਪ੍ਰੋਗਰਾਮ ਕਰ ਰਹੇ ਸੀਗੇ। ਸੋ ਮੈਂ ਕਹਾਂਗਾ ਇਹ ਜਿਹੜੀ ਹੈ, ਜੇ ਕਿਸੇ ਨੇ ਅਸਲ ਪੰਜਾਬ ਦੇਖਣਾ ਤਾਂ ਮਲੇਰਕੋਟਲੇ 'ਚ ਆਉਣ, ਅਤੇ ਜੇ ਕਿਸੇ ਨੇ ਪੂਰੀ ਦੁਨੀਆ ਨੂੰ ਇਹ ਦਿਖਾਉਣਾ ਕਿ ਕੋਈ ਮਾਡਲ ਹੋਵੇ ਵੀ ਜਿਹੜਾ ਇਨਸਾਨੀਅਤ ਦਾ, ਭਾਈਚਾਰੇ ਦਾ, ਤਾਂ ਉਹ ਪੰਜਾਬ ਹੈ। ਔਰ ਪੰਜਾਬ ਨੇ ਹਮੇਸ਼ਾ ਹੀ, ਜੇ ਇੱਥੇ ਗੁਰੂਆਂ ਦੀ ਧਰਤੀ ਹੈ ਤਾਂ ਪੀਰਾਂ ਦੀ, ਅਵਤਾਰਾਂ ਦੀ, ਯੋਧਿਆਂ ਦੀ, ਸੂਰਮਿਆਂ, ਬਹਾਦਰਾਂ ਦੀ। ਸੋ ਇਸ ਧਰਤੀ ਦੇ ਬਛਿੰਦੇ ਹੋਣ ਦੇ ਨਾਤੇ ਮੈਂ ਆਪਣੇ ਦੇਖਣ ਵਾਲਿਆਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਉਹ ਹਮੇਸ਼ਾ ਹੀ ਮੁਹੱਬਤ ਦੇ ਲਈ ਜਿੱਥੇ ਵੀ ਤੁਹਾਨੂੰ ਕਿਤੇ ਮੌਕਾ ਮਿਲਦਾ ਨੇਕੀ ਕਰਨ ਦਾ। ਮੁਹੰਮਦ ਬੂਟਾ ਇੱਕ ਸ਼ਾਇਰ ਹੋਏ ਨੇ ਗੁਜਰਾਤੀ, ਉਹਨਾਂ ਦੇ ਇੱਕ ਸ਼ੇਰ ਦੇ ਨਾਲ ਮੈਂ ਐਂਡ ਕਰਾਂਗਾ ਕਿ ਡਰ ਆਏ ਫਕੀਰ ਨੂੰ ਕਿ ਉਹ ਝਿੜਕਦਾ ਹੈ, ਜੇਕਰ ਪੱਲਿਓਂ ਖੈਰ ਨਹੀਂ ਪਾਉਣ ਜੋਗਾ, ਮੁਹੰਮਦ ਬੂਟਿਆ ਕਿ ਉਹ ਵਧੀਆਂ 'ਤੇ ਲੱਕ ਬੰਨਿਆ, ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ। ਸੋ ਮੈਨੂੰ ਲੱਗਦਾ ਵਧੀਆਂ ਵੀ ਨਾ ਕਰੀਏ ਜੇ ਨੇਕੀਆਂ ਨਹੀਂ ਕਮਾ ਸਕਦੇ, ਨੇਕੀਆਂ ਕਮਾਈਏ, ਅੱਗੇ ਹੋ ਕੇ ਵਧੀਏ, ਅਤੇ ਸਾਰਿਆਂ ਨੂੰ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੈਗਾਮ ਹੈ ਕਿ ਸਾਰੇ ਇੱਕ ਨੇ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਸਾਡੇ ਮਾਲਕਾਂ ਨੇ ਕਿਹਾ ਕਿ ਸਾਰੀ ਦੁਨੀਆ ਇਕੱਲਾ ਦੀ, ਅਸੀਂ ਕਿਉਂਕਿ ਤੌਹੀਦ ਪ੍ਰਸਤ ਕੌਮ ਹੈ, ਅਸੀਂ ਵੀ ਇੱਕ ਦੀ ਇਬਾਦਤ ਕਰਦੇ ਹਾਂ, ਔਰ ਇੱਕ ਦੀ ਹੀ ਗੱਲ ਪੂਰੀ ਦੁਨੀਆ 'ਤੇ ਹੋ ਰਹੀ ਹੈ, ਉਹਦੇ ਨਾਮ ਵੱਖਰੇ ਵੱਖਰੇ ਲੋਕਾਂ ਨੇ ਰੱਖੇ ਨੇ। ਸੋ ਮੈਂ ਆਪਣੇ ਵੱਲੋਂ ਜਦੋਂ ਮੈਨੂੰ ਵੀ ਕੋਈ ਪੁੱਛਦਾ ਕਿ ਤੁਹਾਡਾ ਏਜੰਡਾ ਕੀ ਹੈ, ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੂੰ ਲੱਗਦਾ ਕਿ ਕਿਸੇ ਖਾਸ ਇਹ ਕਿਸੇ ਫਿਰਕੇ ਲਈ ਜਾਂ ਭਾਈਚਾਰੇ ਲਈ ਕੰਮ ਕਰ ਰਿਹਾ, ਮੈਂ ਉਹਨਾਂ ਨੂੰ ਅਕਸਰ ਕਹਿਣਾ ਹੁੰਦਾ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਕਿ ਮੇਰਾ ਇੱਕੋ ਇੱਕੋ ਏਜੰਡਾ ਕਿ ਅਸੀਂ ਸਾਰੇ ਇੱਕ ਹਾਂ, ਇੱਕੋ ਹੀ ਪਰਮਾਤਮਾ ਦੀ, ਇੱਕੋ ਵਾਹਿਗੁਰੂ, ਇਕੱਲਾ ਦੀ, ਅਸੀਂ ਇੱਕੋ ਗੋਡ ਦੀ ਅਸੀਂ ਔਲਾਦ ਹਾਂ, ਅਸੀਂ ਸਾਰੇ ਭਾਈ ਹਾਂ, ਔਰ ਹਰ ਬੰਦੇ ਨੂੰ ਆਪਣੀ ਜਿਹੜੀ ਹੈ ਉਹ ਜਿਹੜੀ ਇਸ, ਚਾਹੇ ਉਹ ਪ੍ਰੈਕਟਿਸ ਹੈ ਧਰਮ ਦੀ, ਚਾਹੇ ਉਹ ਇਸਲਾਮ ਦੀ ਹੈ, ਚਾਹੇ ਉਹ ਹਿੰਦੂ ਦੀ ਹੈ, ਸਿੱਖ ਦੀ ਹੈ, ਉਹ ਆਪੋ ਆਪਣੀ ਕਰ ਰਹੇ ਨੇ, ਔਰ ਸਾਰਿਆਂ ਨੇ ਮੈਂ ਕਹਾਂਗਾ ਆਪਣੀ ਜਿਹੜੀ ਹੈ ਉਹ ਇਸ ਸਾਂਝ ਨੂੰ ਹਮ ਬਰਕਰਾਰ ਰੱਖੇ ਹੈ, ਅਤੇ ਕਿਸੇ ਨੂੰ ਵੀ ਤੰਗ ਨਹੀਂ ਕਰਨਾ ਚਾਹੀਦਾ, ਧੱਕਾ ਨਹੀਂ ਕਰਨਾ ਚਾਹੀਦਾ। ਔਰ ਜਿਹੜੇ ਲੋਕ ਜ਼ਬਰਦਸਤੀ ਲੋਕਾਂ ਨੂੰ ਮਾਰ ਕੇ ਕੁੱਟ ਕੇ, ਤੁਸੀਂ ਦੇਖਿਆ ਸਾਰੇ ਦੇਸ਼ ਦਾ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਅਸੀਂ ਇਹਦੇ ਹਮੇਸ਼ਾ ਖਿਲਾਫ਼ ਹਾਂ। ਅਸੀਂ ਬਾਗ ਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਦੇਖਣ ਦੇ ਆਦੀ ਹਾਂ, ਅਸੀਂ ਨਹੀਂ ਚਾਹੁੰਦੇ ਕਿ ਇੱਕੋ ਰੰਗ ਦੇ ਫੁੱਲ ਹੋਣ। ਸੋ ਇਹ ਜਿਹੜਾ ਸਾਡਾ ਦੇਸ਼ ਵੀ ਹੈ, ਇਹ ਵਿਭਿੰਨਤਾਵਾਂ ਦੇ ਵਿੱਚ ਜਿਹੜਾ ਇੱਕ ਦੀ ਗੱਲ ਕਰਦਾ। ਸੋ ਇਸੇ ਤਰ੍ਹਾਂ ਹੀ ਮੈਂ ਕਹਾਂਗਾ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਅਮਨ ਅਮਾਨ ਦੇ ਨਾਲ ਵੱਸਦੇ ਰਹਿਣ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸਤਨਾਮ ਜੀ ਗੱਲ ਕਰਨ ਵਾਸਤੇ। ਹੁਣ ਇੱਥੇ ਇੱਕ ਗੱਲ ਤੁਸੀਂ ਦੇਖੋ ਕਿ ਸਤਨਾਮ ਜੀ ਨੇ ਬੜੀ ਇੱਕ ਦਿਲੋਂ, ਮਤਲਬ ਇੱਕ ਫੀਲਿੰਗ ਦੇ ਨਾਲ ਇਹ ਜੋ ਨਵਾਂ ਕਲਾਮ ਹੈ, ਕਲਾਮ ਆਪਣਾ ਪੇਸ਼ ਕਰਤਾ, ਅਪਲੋਡ ਹੋ ਗਿਆ ਇਹਨਾਂ ਦੇ ਚੈਨਲ ਦੇ ਉੱਪਰ, ਹੁਣ ਅੱਗੇ ਫਰਜ਼ ਆਪਣਾ ਬਣਦਾ ਕਿ ਆਪਾਂ ਇਹਨੂੰ ਸੁਣੀਏ ਅਤੇ ਸੁਣਾਈਏ, ਅੱਗੇ ਸ਼ੇਅਰ ਕਰੀਏ, ਖਾਸ ਤੌਰ 'ਤੇ ਉਹਨਾਂ ਬੰਦਿਆਂ ਨੂੰ ਅਸੀਂ ਪ੍ਰਮੋਟ ਕਰੀਏ ਜਿਹੜੇ ਭਾਈਚਾਰਕ ਸਾਂਝ, ਭਾਈਵਾਲਤਾ, ਔਰ ਆਪਾਂ ਗੱਲ ਕਰੀਏ ਕਿ ਮੁਹੱਬਤਾਂ ਦੀ ਗੱਲ ਕਰਦੇ ਨੇ, ਅਗਰ ਸਤਨਾਮ ਜੀ ਮੁਹੱਬਤਾਂ ਦੀ ਗੱਲ ਕਰਦੇ ਨੇ, ਇਹਨਾਂ ਨੇ ਆਪਣਾ ਫਰਜ਼ ਨਿਭਾ ਤਾ, ਹੁਣ ਅਗਲਾ ਫਰਜ਼ ਆਪਣਾ। ਆਓ ਇਹਨਾਂ ਦੇ ਜੀ ਇਸ ਕਲਾਮ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ, ਵੱਧ ਤੋਂ ਵੱਧ ਆਪਾਂ ਇਹਨਾਂ ਨੂੰ ਲੋਕਾਂ ਦੇ ਰੂਬਰੂ ਕਰੀਏ ਤਾਂ ਜੋ ਇੱਕ ਚੰਗੀ ਗੱਲ ਲੋਕਾਂ ਦੇ ਸਾਹਮਣੇ ਜਾਵੇ। ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਊਂਗਾ, ਫਿਰ ਇੱਕ ਵਧੀਆ ਪਰਸਨੈਲਿਟੀ ਔਰ ਵਧੀਆ ਵੀਡੀਓ ਦੇ ਨਾਲ ਹਾਜ਼ਰ ਹੋਊਂਗਾ। ਟਿਲ ਦੈਨ ਥੈਂਕ ਯੂ ਵੈਰੀ ਮੱਚ।